ਸਾਨੂੰ ਇਹ ਨਹੀਂ ਪਤਾ ਸੀ ਵੀ ਇੰਨਾ ਜ਼ਿਆਦਾ ਉਹਨਾਂ ਨੇ ਬਹੁਤ ਜ਼ਿਆਦਾ ਜ਼ਖਮੀ ਕਰਤਾ ਫੇ ਅਸੀਂ ਨੂੰ ਪਤਾ ਲੱਗਾ ਕਿ ਉਹ ਸਾਡੇ ਵਿੱਚ ਨਹੀਂ ਦੇਖੋ ਜੀ ਜਦੋਂ ਤਾਂ ਉਹ ਸਾਡੇ ਉੱਤੇ ਛੜ ਕੇ ਸਾਨੂੰ ਮਾਰਨ ਵਸਤੇ ਆਏ ਸੀ ਤੋ ਲਲਕਾਰੇ ਮਾਰਦੇ ਹੋਏ ਆਏ ਸੀ ਪਰ ਜਦੋਂ ਅਸੀਂ ਸਟੋਰੀ ਦਾ ਦੂਜਾ ਪੰਨਾ ਦੇਖੀਏ ਜਿੱਦਣ ਜੱਜ ਸਾਹਿਬ ਨੇ ਸਜ਼ਾ ਸੁਣਾਈ ਉਹਨਾਂ ਨੂੰ ਕੋਰਟ ਰੂਮ ਦੇ ਵਿੱਚ ਉਹੀ ਜਿਹੜੇ ਨਲਕਾਰੇਵਾਰ ਦੇ ਸੀ ਉਹ ਗੱਸੀਆਂ ਖਾ ਖ ਡਿਗ ਰਹੇ ਸੀ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਉਹਨਾਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਇਹ ਪਰਮਾਤਮਾ ਇੱਕ ਚੈਹਰੀ ਦਾ ਨਹੀਂ ਆਇਆ ਜੋ ਜੱਟ ਸਾਹਿਬ ਨੇ ਆਪਣੀ ਕਲਮ ਦੇ ਨਾਲ ਕਲਮ ਨਾਲ ਨ 10 2017 ਨੂੰ ਇੱਕ ਪਰਿਵਾਰ ਦੇ ਉੱਤੇ ਹਮਲਾ ਹੁੰਦਾ ਜਿਦੇ ਵਿੱਚ ਦੋ ਤੋਂ ਤਿੰਨ ਜਣੇ ਇੰਜਰਡ ਹੋ ਜਾਂਦੇ ਨੇ ਤੇ ਇੱਕ ਨੌਜਵਾਨ ਦੀ ਡੈਥ ਹੋ ਜਾਂਦੀ ਹੈ ਤੇ ਬੀਤੇ ਦਿਨੀ ਮਾਨਯੋਗ ਅਦਾਲਤ ਨੇ 15 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਵੱਖ-ਵੱਖ ਤਰਾ੍ਹਾਂਾਂ ਹੇਠ ਸਜ਼ਾ ਸੁਣਾਈ ਹੈ ਤੇ ਵੱਖ-ਵੱਖ ਹੀ ਉਹਨਾਂ ਨੂੰ ਜੁਰਮਾਨੇ ਲਗਾਏ ਗਏ ਨੇ ਤੇ ਅੱਜ ਅਸੀਂ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਨ ਆਏ ਆ ਤੇ ਜਿਹੜੇ ਪਰਿਵਾਰ ਦਾ ਨੌਜਵਾਨ ਚਲਾ ਗਿਆ ਦੂਸਰਾ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸੀਗਾ ਤੇ ਉਹਦੀ ਬੜੀ ਮੁਸ਼ਕਲ ਜਾਨ ਬਚੀ ਐ ਤੇ ਭੈਣ ਜੀ ਸਾਡੇ ਨਾਲ ਨੇ ਇਹ ਉਸ ਨੌਜਵਾਨ ਦੀ ਵਾਈਫ ਐ ਛੋਟੀ ਜੀ 1.5 ਸਾਲ ਦੀ ਬੱਚੀ ਸੀਗੀ ਤੇ ਉਹ ਅੱਜ 5-6 ਸਾਲ ਦੀ 7 ਸਾਲ ਦੀ 7.5 ਸਾਲ ਦੀ ਹੋ ਗਈ ਐ ਤੇ ਜਾਣਕਾਰੀ ਲੈਣੇ ਆ ਭੈਣ ਜੀ ਕਿਦਾਂ ਦਾ ਉਹ ਦਿਹਾੜਾ ਸੀਗਾ ਮਨੁਸ਼ ਦਿਹਾੜਾ ਆਪਾਂ ਕਹਿ ਸਕਦੇ ਆ ਜ ਜਦੋਂ ਤੁਹਾਨੂੰ ਖਬਰ ਮਿਲੀ ਹੈ ਤੇ ਕੀ ਉਹਦੀ ਥੋੜੀ ਜਾਣਕਾਰੀ ਦਿਓ ਰੋਣਾ ਨੇ ਪਤਾ ਬੋਲ ਚਲੋ ਅਸੀਂ ਸਮਝ ਸਕਦੇ ਆ ਕਿਉਂਕਿ ਕਉਕੀ ਹੁਣ ਸਿਰ ਦਾ ਸਾਈ ਆਪਾਂ ਕਹਿ ਸਕਦੇ ਆਂ ਵੀ ਜੇ ਸਿਰ ਤੇ ਨਾ ਹੋਵੇ ਰਿਸ਼ਤੇਦਾਰ ਭਾਵੇਂ ਲੱਖ ਹੋਣ ਪਰ ਜਿਹੜਾ ਸਿਰ ਦਾ ਸਾਈ ਹੈ ਉਹ ਜੇ ਨਾ ਹੋਵੇ ਤੇ ਬਹੁਤ ਜ਼ਿੰਦਗੀ ਕਟਣੀ ਔਖੀ ਹੋ ਜਾਂਦੀ ਆ ਫਿਰ ਵੀ ਅਸੀਂ ਹੌਸਲਾ ਦਿੰਨੇ ਆਂ ਦੀਦੀ ਤੁਸੀਂ ਥੋੜਾ ਸਟੇਬਲ ਰੋ ਤੇ ਕਿਉਂਕਿ ਜੱਜ ਨੇ ਜੱਜ ਸਾਹਿਬ ਨੇ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਸਜ਼ਾ ਸੁਣਾਈ ਆ ਰੱਬ ਨੇ ਵੀ ਉਹਨਾਂ ਨੂੰ ਸਜ਼ਾ ਦੇਣੀ ਆ ਕੁਛ ਥੋੜੇ ਜਿ ਤੁਸੀਂ ਵੀ ਮਜਬੂਤ ਹੋਵੋ ਕਿਉਂਕਿ ਤੁਸੀਂ ਮਜਬੂਤ ਹੋਵਾਂਗੇ ਤਾਂ ਤੁਹਾਨੂੰ ਦੇਖ ਕੇ ਦੁਨੀਆ ਦੀਆਂ ਹੋਰ ਜੜੀਆਂ ਮਹਿਲਾਵਾਂ ਨੇ ਜਾਂ ਲੜਕੀਆਂ ਨੌਜਵਾਨ ਲੜਕੇ ਨੇ ਉਹ ਵੀ ਮਜਬੂਤ ਹੋਣ ਗਿਆ ਤੁਸੀਂ ਡਟ ਕੇ ਸਾਹਮਣਾ ਕੀਤਾ ਹੈ ਜ਼ਿੰਦਗੀ ਦਾ ਕੋੜਾ ਸੱਚ ਹੈ ਪਰ ਫਿਰ ਵੀ ਕੁਛ ਤੁਸੀਂ ਜ਼ਰੂਰ ਸਾਨੂੰ ਚਾਹਣਾ ਪਾਓ ਵੀ ਕਿੱਦਾਂ ਦਾ ਸੀਗਾ ਦਿਨ ਕਿਦੋਂ ਤੁਹਾਨੂੰ ਕਿੱਦਾਂ ਖਬਰ ਮਿਲੀ ਬਹੁਤ ਹੀ ਮਾੜਾ ਦਿਨ ਸੀ ਤੁਹਾਨੂੰ ਰਾਤ ਨੂੰ 9-10 ਵਜੇ ਖਬਰ ਮਿਲੀ ਵੀਰ ਦੇਦਾਂ ਫੈਕਟਰੀ ਜਾ ਕੇ ਉਹਨਾਂ ਨੇ ਹਮਲਾ ਕੀਤਾ ਪਰ ਸਾਨੂੰ ਇਹ ਨਹੀਂ ਪਤਾ ਸੀ ਵੀ ਇੰਨਾ ਜ਼ਿਆਦਾ ਉਹਨਾਂ ਨੇ ਬਹੁਤ ਜ਼ਿਆਦਾ ਜ਼ਖਮੀ ਕਰਤਾ ਪਰ ਸਵੇਰੇ ਜਦੋਂ ਅਸੀਂ ਗਏ ਫਿਰ ਸਾਨੂੰ ਪਤਾ ਲੱਗਾ ਵੀ ਸਾਨੂੰ ਇਹ ਕਹਿੰਦੇ ਸੀ ਕੋਮਾ ਚ ਆ ਪਰ ਜਦੋਂ ਅਸੀਂ ਮਿਲੇ ਫਿਰ ਸਾਨੂੰ ਪਤਾ ਲੱਗਾ ਵੀ ਉਹ ਸਾਡੇ ਵਿੱਚ ਨਹੀਂ ਹੈ ਇਸ ਇਸ ਘਟਨਾ ਦੇ ਵਿੱਚ ਕਿੰਨੇ ਜਣੇ ਜ਼ਖਮੀ ਹੋਏ ਸੀਗੇ ਇਸ ਘਟਨਾ ਚ 5-6 ਜਣੇ ਜ਼ਖਮੀ ਸੀਗੇ ਹਾਂ ਤੇ ਜਿਹੜੇ ਹਮਲਾਵਰ ਸੀਗੇ ਉਹ ਕਿੰਨੇ ਸੀਗੇ ਉਹ 17 18 ਜਣੇ ਸੀ 17 18 ਜਣੇ ਸੀ ਤੇ ਫੇ ਹੁਣ ਜਿਹੜਾ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਸਜ਼ਾ ਸੁਣਾਈ ਤੇ ਨਾਲ ਜੁਰਮਾਨੇ ਕੀਤੇ ਨੇ ਤੇ ਤੁਸੀਂ ਕੀ ਸੰਤੁਸ਼ਟ ਹੋ ਹਾਂ ਮੈਂ ਬਹੁਤ ਸੰਤੁਸ਼ਟ ਹਾਂ ਮੈਨੂੰ ਇੰਨੀ ਵਧੀਆ ਫੀਲਿੰਗ ਆਈ ਆ ਕਿ ਵੀ ਮੇਰੇ ਸਾਡੇ ਹੱਕ ਵਿੱਚ ਫੈਸਲਾ ਹੋਇਆ ਵੀ ਅੱਜ ਮੈਨੂੰ ਬਹੁਤ ਸ਼ਾਂਤੀ ਮਿਲੀ ਤੇ ਦੇਖੋ ਜੀ ਮਾਨਯੋਗ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਵੱਖ-ਵੱਖ ਵੱਖ-ਵੱਖ ਧਰਾਵਾਂ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਸੁਣਾਈਆਂ ਨੇ ਮੰਨ ਲਓ 324 ਦੇ ਵਿੱਚ ਹੋਰ ਸਜ਼ਾ ਸੁਣਾਈ ਹੈ ਤੇ 302 ਦੇ ਵਿੱਚ ਹੋਰ ਸਜ਼ਾ ਸੁਣਾਈ ਹੈ 307 ਦੇ ਵਿੱਚ ਹੋਰ ਤੇ ਜਿਹੜੇ ਜੁਰਮਾਨੇ ਲਗਾਏ ਨੇ ਉਹ ਵੀ ਵੱਖਰੇ-ਵੱਖਰੇ ਲਗਾਏ ਨੇ ਅ ਭੈਣ ਜੀ ਤੁਹਾਡੇ ਬੱਚੇ ਕਿੰਨੇ ਨੇ ਦੋ ਬੱਚੇ ਨੇ ਇੱਕ ਬੇਟਾ ਇੱਕ ਬੇਟੀ ਤੇ ਜਦੋਂ ਇਹ ਇਨਸੀਡੈਂਟ ਹੋਇਆ ਸੀਗਾ ਤੇ ਉਦੋਂ ਬੱਚੇ ਤੁਹਾਡੇ ਕਿੰਨੀ ਕੁ ਉਮਰ ਦੇ ਸੀਗੇ ਉਹਦੋ ਬੇਟਾ ਵੀ ਬੇਟਾ ਥੋੜਾ ਬੜਾ ਸੀ ਬੇਟੀ ਤਾਂ ਇਹ 1.5 ਸਾਲ ਦੀ ਵੀ ਨਹੀਂ ਸੀ ਹੋਣਾ ਸੀ ਅਜੇ ਹੂੰ ਹੂੰ ਇਹਨੂੰ ਤਾਂ ਨਹੀਂ ਯਾਦ ਹੋਣਾ ਕੁਛ ਨਹੀਂ ਜੀ ਇਹਨੂੰ ਕੁਛ ਨਹੀਂ ਯਾਦ ਚਲੋ ਅਸੀਂ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੁਹਾਡੀ ਮਾਤਾ ਜੀ ਇੱਕ ਮਾਂ ਦਾ ਪੁੱਤ ਤੁਰ ਜਾਣਾ ਦੁਨੀਆ ਤੋਂ ਬਹੁਤ ਔਖਾ ਹੁੰਦਾ ਆ ਤੇ ਇੱਕ ਪੁੱਤ ਦਾ ਬੜੀ ਮੁਸ਼ਕਲ ਨਾਲ ਬਚਣਾ ਤੀਸਰੇ ਪੁੱਤ ਦਾ ਵੀ ਬੜੀ ਮੁਸ਼ਕਲ ਨਾਲ ਬਚਣਾ ਕਿੱਦਾਂ ਦਾ ਮੰਜ਼ਰ ਸੀਗਾ ਉਹ ਬਹੁਤ ਮਾੜਾ ਸੀ ਕਿਸੇ ਬੜੀ ਦੁਸ਼ਮਣ ਨਾਲ ਬਿਨਾਂ ਹੋ ਪਿਆ ਦਦਾਬ ਜਿੱਦਾਂ ਨਾ ਮੇਰਾ ਵਕਤ ਹੋਇਆ ਪਰ ਫੇਰ ਵੀ ਮੇਰਾ ਪਤਾ ਨਹੀਂ ਇਸ ਬੱਚੇ ਦੀ ਵਧੀ ਹੋਈ ਸੀ ਜਾਂ ਮੇਰੀ ਕਿਸਮਤ ਸੀ ਇਹ 2:00 ਵਜੇ ਇੱਕ ਤਾਂ ਨਹੀਂ ਕਰਤਾ ਇਹਨਾਂ ਵੀ ਇੱਕ ਕਿਸਮ ਦਾ ਮਰੇ ਹੋਈ ਕਰਕੇ ਗਏ ਪਰ ਨੱਚ ਨੱਚ ਕੇ ਗਏ ਮੈਨੂੰ ਪਤਾ ਜਿੰਨਾ ਵਾਹਿਗੁਰੂ ਦੀ ਕਿਰਪਾ ਸੀ ਯਾਰ ਵਾਹਿਗੁਰੂ ਦੀ ਪੈਸੇ ਵੱਲੋਂ ਵੀ ਕਿਰਪਾ ਸੀ ਜਿਹੜਾ ਇਹ ਬਚ ਗਿਆ ਜੇ ਕਿਤੇ ਉਹ ਜੇ ਘਰ ਹੁੰਦਾ ਕਦੇ ਵੀ ਨਾ ਮੈਂ ਬਚਾ ਪਾਉਂਦੀ ਇਹ ਤਾਂ ਸudar ਜੀ ਦੀ ਕਮਾਈ ਸੀ ਫੈਕਟਰੀ ਸੀ ਤਾਂ ਮੇਰਾ ਮੈਂ ਤਾਂ ਸਾਂ ਜਿੰਨਾ ਵੀ ਲੱਗਿਆ ਲਾ ਸਕੀ ਉਹਨੂੰ ਵੀ 4 ਦਿਨ ਵੈਂਟੀਲੇਟਰ ਤੇ ਰੱਖਿਆ ਵੇ ਖਰੇ ਸਵਾਸ ਮੁੜ ਆਣਗੇ ਸਵਾਸ ਮੁੜ ਆਣਗੇ ਧੜਕਣ ਚੱਲਦੀ ਆ ਪਰ ਨਹੀਂ ਮਤਲਬ ਜੀ ਕਾਰਨ ਕੀ ਰਿਹਾ ਵੀ ਜਿਹੜੀ ਐਡਾ ਹੀ ਹਮਲਾ ਕਰ ਦਿੱਤਾ 17 18 ਜਣਿਆਂ ਨੇ 19 ਜਣਿਆਂ ਨੇ ਹਮਲਾ ਕਰ ਦਿੱਤਾ ਐਡਾ ਕੀ ਕਾਰਨ ਰਿਹਾ ਸੀਗਾ ਮੁੰਡੇ ਦੇਖਣ ਨੂੰ ਤਾਂ ਤੁਹਾਡੇ ਦੂਰ ਬੇਟੇ ਨੂੰ ਤਾਂ ਮੈਂ ਮਿਲਿਆ ਆ ਬੜੇ ਸਾਊ ਨੇ ਮੈਂ ਕਦੇ ਝੂਠ ਨਹੀਂ ਬੋਲਦੀ ਇਹ ਕਿਤੇ ਮੁੰਡਾ ਜਿਹੜਾ ਸਾਡੇ ਕੰਮ ਕਰਦਾ ਸੀ ਇਹ ਮੇਰਾ ਬੇਟਾ ਜਿਹੜਾ ਪੂਰਾ ਹੋ ਗਿਆ ਇਹ ਦਾੜੀ ਕਟਾ ਕੇ ਅੰਦਰੋਂ ਆ ਰਿਹਾ ਸੀ ਟੈਂਕੀ ਕੋਲ ਉਹ ਉਹ ਮੁੰਡੇ ਨੂੰ ਮਾਰ ਰਿਹਾ ਸੀ ਵੀ ਸਾਨੂੰ ਸਿਕਟਨ ਲਿਆ ਕੇ ਦੇ ਉਹ ਕਹਿੰਦਾ ਮੈਂ ਨਹੀਂ ਲਿਆਣੀਆਂ ਉਹਨੂੰ ਇਨ ਦੇਖਿਆ ਵੀ ਨਹੀਂ ਵੀ ਉੱਥੇ ਉਹ ਬੈਠੇ ਆ ਉਹਨੂੰ ਪਿੱਛੇੋਂ ਮੁੰਡੇ ਨੇ ਹਾਕ ਮਾਰੀ ਵੀਰੇ ਮੈਨੂੰ ਬਚਾਲਾ ਵੀਰੇ ਮੈਨੂੰ ਬਚਾਲਾ ਇਹ ਕੋਲ ਗਿਆ ਉਹਨੂੰ ਛਡਾ ਕੇ ਘਰ ਨੂੰ ਆ ਗਿਆ ਲੈ ਉਹ ਉਹਨਾਂ ਨੂੰ ਉੱਥੇ ਕੋਲੇ ਘਰ 27 ਨੰਬਰ ਗੜ ਜੀ ਨੂੰ ਉੱਥੇ ਛੱਡਿਆ ਆਪ ਘਰ ਨੂੰ ਆ ਗਿਆ ਬਾਅਦ ਵਿੱਚ ਹੋਇਆ ਵੀ ਤੁਸੀਂ ਉਹਨੂੰ ਕਿਉਂ ਛਡਾਇਓ ਕਹਿੰਦਾ ਕੀ ਗੱਲ ਸਾਡਾ ਮਰਕਰ ਆ ਸੈਣੀ ਭਰਾ ਆ ਵੀ ਫਿਰ ਕੀ ਹੋਇਆ ਉਹ ਬੱਚਾ ਤੁਸੀਂ ਐਡੇਡੇ ਨੂੰ ਮਾਰਦੇ ਆ ਚੰਗੀ ਗੱਲ ਨਹੀਂ ਹੈਗੀ ਬਸ ਉਹ ਇਹੀ ਖੁੰਦਕ ਰੱਖੀ ਉਹਨੇ ਉਸ ਦਿਨ ਤਾਂ ਮੈਂ ਲਿਖਾ ਪਰ ਵੀ ਨਸੀਬ ਆ ਕੰਮ ਕਰਨਗੇ। ਹਾਂ ਹਾਂ। ਮਾਤਾ ਜੀ ਹੁਣ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਸਜ਼ਾ ਸੁਣਾਈ ਹੈ, ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਤੁਸੀਂ ਸੰਤੁਸ਼ਟ ਹੋ? ਸੰਤੋਸ਼ ਤਾਂ ਮੈਂ ਕਹਿੰਨੀ ਪਤਾ ਮੇਰਾ ਮੁਰਨਾ ਨਹੀਂ। ਪਰ ਮੈਂ ਇਹ ਕਹਿੰਨੀ ਆ ਉਹਨਾਂ ਨੂੰ ਕੁਝ ਉਹਨਾਂ ਦੇ ਮਾਂ-ਬਾਪ ਨੂੰ ਉਹਨਾਂ ਨੂੰ ਪਤਾ ਲੱਗੂਗਾ ਜਿੱਦਾਂ ਮੈਂ ਰੋਂਦੀ ਆ ਉਹ ਵੀ ਹੁਣ ਰੋਣਗੇ। ਅੰਦਰ ਬੈਠੇ ਪੁੱਤਾਂ ਤੋਂ। ਸੋ ਇਹ ਮਾਂ ਆ ਮਾਂ ਦਾ ਦੁੱਖ ਤਾਂ ਮਾਂ ਹੀ ਜਾਣ ਸਕਦੀ ਐ। ਪਰ ਕੋਈ ਏਡੀ ਵੱਡੀ ਗੱਲ ਵੀ ਨਹੀਂ ਸੀ ਕਿਸੇ ਆਪਣੇ ਵਰਕਰ ਨੂੰ ਛੁੜਾਣ ਗਿਆ ਸੀ ਉਹਦੀ ਲੜਾਈ ਹੋਈ ਸੀਗੀ ਲੜਾਈ ਨੂੰ ਛੁੜਾਣ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦੇ ਉੱਤੇ ਇੱਕ ਮਹੀਨੇ ਬਾਅਦ ਹਮਲਾ ਇਸ ਪਰਿਵਾਰ ਦੇ ਉੱਤੇ ਕਰ ਦਿੱਤਾ ਜਾਂਦਾ ਵਾ ਹਮਲਾਵਰਾਂ ਵੱਲੋਂ 18 ਤੋਂ ਜ਼ਿਆਦਾ ਜਿਹੜੇ ਨੌਜਵਾਨ ਸੀਗੇ ਉਨਾਂ ਨੂੰ ਹਮਲਾ ਕੀਤਾ ਜਾਂਦਾ ਹੈ ਤੇ ਜਿਹਦੇ ਵਿੱਚ ਇਸ ਪਰਿਵਾਰ ਦਾ ਇੱਕ ਨੌਜਵਾਨ ਰੱਬ ਨੂੰ ਪਿਆਰਾ ਹੋ ਜਾਂਦਾ ਹੈ ਤੇ ਇੱਕ ਬੜੀ ਮੁਸ਼ਕਲ ਨਾਲ ਬਚਦਾ ਹੈ ਤੇ ਤੀਸਰੇ ਨੂੰ ਜਿਹੜੀਆਂ ਉਹਨੂੰ ਵੀ ਸੱਟਾਂ ਕਾਫੀ ਵੱਜਦੀਆਂ ਨੇ ਤੇ ਅਸੀਂ ਹੁਣ ਦੂਸਰੇ ਭਰਾ ਦੇ ਨਾਲ ਵੀ ਗੱਲਬਾਤ ਤੁਹਾਡੀ ਕਰਵਾਨੇ ਆ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਚਰਨ ਸਿੰਘ ਹੈ ਗੁਰਚਰਨ ਜੀ ਤੁਸੀਂ ਵੀ ਬੜੀ ਮੁਸ਼ਕਲ ਤੁਹਾਨੂੰ ਬਚਾਇਆ ਗਿਆ ਆ ਔਰ ਕਹਿੰਦੇ ਲੱਖਾਂ ਰੁਪਿਆ ਤੁਹਾਡੇ ਤੇ ਲਗਾਇਆ ਉਹ ਉਹ ਇਨਸੀਡੈਂਟ ਜਿਹੜਾ ਹੈਗਾ ਵਾ ਪਰਿਵਾਰ ਵਾਲੇ ਬੜੇ ਈਮੋਸ਼ਨਲ ਸੀਗੇ ਵੀ ਨਹੀਂ ਭੁੱਲ ਹੁੰਦਾ ਠੀਕ ਨਾ ਤੁਹਾਡਾ ਵੀ ਇੱਕ ਦੂਸਰਾ ਜਨਮ ਹੈ ਇਹ ਉਹ ਤੁਹਾਡੇ ਨਾਲ ਤਾਂ ਵਾਪਰਿਆ ਹੈ ਇਨਸੀਡੈਂਟ ਤੁਸੀਂ ਦੱਸੋ ਵੀ ਕੀ ਮਾਮਲਾ ਹੋਇਆ ਸੀ ਦੇਖੋ ਇਹ ਜਿਹੜੇ ਮੁੰਡੇ ਹੈਗੇ ਨੇ ਇਹ ਏਰੀਆ ਦੇ ਵਿੱਚ ਕਿਸੇ ਤੋਂ ਇਹ ਪੁੱਛ ਲਓ ਵੀ ਇਹਨਾਂ ਦਾ ਲੁੱਟਖੋ ਬਦਮਾਸ਼ੀ ਵਾਲਾ ਕੰਮ ਸੀਗਾ ਤੇ ਬਸ ਉਸੇ ਖੁੰਦਸ ਦੇ ਚੱਕਰ ਦੇ ਇੱਕ ਦੁਬਾਰੀ ਰੋਕਿਆ ਇਹਨਾਂ ਨੂੰ ਉਹ ਖੁੰਦਸ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਾਰਾ ਕੰਡ ਕੀਤਾ ਫਿਰ ਵੀ ਜੋ ਅੱਜ ਪਤਾ ਲੱਗਿਆ ਵੀ ਹਾਂ ਸਜ਼ਾ ਹੋਈ ਹੈ ਇਹਨਾਂ ਨੂੰ ਜੱਜ ਸਾਹਿਬ ਨੇ ਜੋ ਸਜ਼ਾ ਦਿੱਤੀ ਹੈ ਇਹਨਾਂ ਨੂੰ ਚਿਤ ਬਹੁਤ ਖੁਸ਼ ਹੋਇਆ ਪਰ ਭਰਾ ਤੜੀ ਆਸਦਾ ਸਾਡਾ ਵਾਪਸ ਬਸ ਇਹਨਾਂ ਵੀ ਇਹ ਸਾਰੀ ਜ਼ਿੰਦਗੀ ਹੁਣ ਅੰਦਰ ਹੀ ਰਹਿਣ ਤਾਂ ਕਿ ਹੋਰ ਕਿਸੇ ਨਾਲ ਇਦਾਂ ਦਾ ਨਾ ਕੰਮ ਕਰੇ ਥੋੜੇ ਕਿੱਥੇ ਕਿੱਥੇ ਉਹਨਾਂ ਨੂੰ ਕਿਦਾਂ ਮਾਰਿਆ ਸੀਗਾ ਜਿਹੜੇ ਤੁਹਾਡੇ ਬ੍ਰਦਰ ਸੀਗੇ ਤੇ ਥੋੜੇ ਕਿਦਾਂ ਸੱਟਾਂ ਵੱਜੀਆਂ ਕਿੱਥੇ ਕਿੱਥੇ ਵੱਜੀਆਂ ਮੇਰੇ ਆਹ ਸਾਰੇ ਮੂੰਹ ਦੇ ਉੱਤੇ ਸਾਰੀਆਂ ਨਾੜਾਂ ਬਾਹਰ ਆ ਗਈਆਂ ਸੀ ਜਦੋਂ ਉਹਨਾਂ ਨੇ ਮੇਰੇ दाਤ ਮਾਰਿਆ ਸਿਰ ਦੇ ਵਿੱਚ ਮਾਰਿਆ ਆ ਮੇਰੇ ਆਹ ਥੋੜੀ ਜਿਹੀ ਪਲੇਟਾਂ ਨੇ ਅਵਾਈਡ ਆ ਪੂਰਾ ਜਵੜਾ ਵੀ ਬਾਹਾਂ ਜੀ ਪਲੇਟਾਂ ਨੇ ਆ ਸਾਰੀਆਂ ਨਾੜਾਂ ਵੀ ਕੱਟੀਆਂ ਗਈਆਂ ਸੀ ਇੱਕ ਤਰ੍ਹਾਂ ਨਾਲ ਤਾਂ ਉਸ ਟਾਈਮ ਦਰਦ ਵੀ ਹੁਣ ਓਟ ਗਿਆ ਸੀ ਇੰਨਾ ਦਰਦ ਹੋਇਆ ਲੱਤਾਂ ਜਿਹੀ ਲੱਤਾਂ ਦੇ ਵਿੱਚ ਵੀ ਰੋੜ ਹੈ ਤੇ ਬ੍ਰਦਰ ਦਾ ਬ੍ਰਦਰ ਦੇ ਸਿਰ ਦੇ ਵਿੱਚ ਤਾਂ ਇਹਨਾਂ ਨੇ ਦੁਰਮਟ ਮਾਰ ਮਾਰ ਕੇ ਇੰਨਾ ਬੁਰਾ ਹਾਲ ਕਰਤਾ ਸੀ ਕਿ ਉਹਨੂੰ ਤਾਂ ਪਤਾ ਨਹੀਂ ਮੇਰੇ ਤਾਂ ਨਹੀਂ ਲੱਗੀਆਂ ਸੀ ਮੈਨੂੰ ਜਾਜਮਨੀ ਕਿ ਉਹਨੇ ਦੁਬਾਰਾ ਅੱਖਾਂ ਖੋਲ ਕੇ ਦੇਖਿਆ ਵੀ ਇਹਨੇ ਹੂੰ ਹੂੰ ਤੋ ਹੁਣ ਮਨਜੋਗ ਅਦਾਲਤ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ ਕੁਝ ਸੰਤੁਸ਼ਟੀ ਹੋ ਰਹੀ ਦਿਲ ਨੂੰ ਬਹੁਤ ਬਹੁਤ ਧੰਨਵਾਦ ਜੀ ਜਾਜ ਸਾਹਿਬ ਜਿਨ੍ਹਾਂ ਨੇ ਇਹਨਾਂ ਨੂੰ ਐਸੀ ਸਜ਼ਾ ਦਿੱਤੀ ਹੈ ਇਹ ਹੁਣ ਇਦਾਂ ਲੱਗਦਾ ਵੀ ਇਨਸਾਫ ਮਿਲਿਆ ਦੇਖੋ ਜੀ ਇਮੋਸ਼ਨਲ ਹੋਣਾ ਵੀ ਇੱਕ ਵੱਡੀ ਗੱਲ ਆ ਕਿਉਂਕਿ ਇਹਨਾਂ ਨੂੰ 6 ਸਾਲ ਬਾਅਦ ਜਿਹੜਾ ਇਨਸਾਫ ਮਿਲਿਆ ਆ ਜੱਜ ਸਾਹਿਬ ਵੱਲੋਂ ਇਹ ਜਿਹੜਾ ਦਿੱਤਾ ਸੀਗਾ ਕਿਉਂਕਿ ਇਹ ਖੁਦ ਗਵਾਹ ਵੀ ਕਹਿ ਸਕਦੇ ਆਪਾਂ ਖੁਦ ਇਹਨੇ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਖੁਦ ਇਹ ਮੌਤ ਦੇ ਮੂੰਹ ਦੇ ਵਿੱਚੋਂ ਬਾਹਰ ਆਏ ਨੇ ਤੇ ਹੁਣ ਇਹ ਸਾਡੇ ਨਾਲ ਵੀ ਗੱਲ ਕਰਦੇ ਕਰਦੇ ਜਿਹੜੇ ਇਮੋਸ਼ਨਲ ਹੋ ਗਏ ਨੇ ਪੂਰਾ ਪਰਿਵਾਰ ਹੀ ਜਿਹੜਾ ਹੈਗਾ ਵਾ ਇਮੋਸ਼ਨਲ ਹੋ ਰਿਹਾ ਗੱਲਬਾਤ ਕਰਦੇ ਮੈਂ ਕੈਮਰਾਮੈਨ ਨੂੰ ਕਵਾਂਗਾ ਵੀ ਜਰਾ ਤੁਸੀਂ ਇਧਰ ਵੀ ਤਸਵੀਰਾਂ ਦਿਖਾਓ ਕਿਉਂਕਿ ਸਾਰੇ ਜਿਹੜੇ ਹੈਗੇ ਆ ਉਹ ਇਮੋਸ਼ਨਲ ਨੇ ਮਾਤਾ ਜੀ ਤਾਂ ਹਰ ਗੱਲ ਦੇ ਨਾਲ-ਨਾਲ ਇਹ ਇਹ ਹੰਝੂ ਮਤਲਬ ਵੀ ਬਾਹਰ ਆ ਜਾਂਦੇ ਨੇ ਇਹਨਾਂ ਦੇ ਕਿਉਂਕਿ ਇਹ ਪੁੱਤ ਦਾ ਪਿਆਰ ਹੈ ਨੌਜਵਾਨ ਪੁੱਤ ਜਹਾਨੋਂ ਤੁਰ ਜਾਣਾ ਤੇ ਮਾਂ ਵਾਸਤੇ ਕਿੱਡਾ ਕੋ ਦੁੱਖ ਸਹਿਣਾ ਪੈ ਸਕਦਾ ਹੈ ਤਾਂ ਮਾਂ ਖੋਦੀ ਦੱਸ ਸਕਦੀ ਹੈ ਤੇ ਤਸਵੀਰਾਂ ਸੀ ਤੁਹਾਨੂੰ ਦਿਖਾਣੇ ਆ ਸਾਡਾ ਤਸਵੀਰਾਂ ਦਿਖਾਣ ਦਾ ਮਕਸਦ ਇਹ ਨਹੀਂ ਵੀ ਅਸੀਂ ਪਰਿਵਾਰਾਂ ਐਨੂੰ ਦਿਖਾਣਾ ਹੈ ਜੇ ਕਿਦਾਂ ਵੀ ਅਸੀਂ ਉਸ ਪਰਿਵਾਰ ਨੂੰ ਦਿਖਾ ਰਹੇ ਹਾਂ ਜਿਸ ਨੂੰ 6 ਸਾਲ ਬਾਅਦ ਜਿਹੜਾ ਹੈਗਾ ਵਾ ਉਹ ਇਨਸਾਫ ਮਿਲਿਆ ਆ ਇੱਕ ਰੋਜ਼ ਆਪਣੇ ਪੁੱਤ ਨੂੰ ਉਡੀਕ ਦੀ ਮਾਂ ਨੂੰ ਇਨਸਾਫ ਮਿਲਿਆ ਆ ਉਹੀ ਚਾਹੇ ਉਮਰ ਕੈਦ ਹੋਈ ਆ ਉਹਨਾਂ ਨੂੰ ਪਰ ਕਿਤਨੇ ਕਿਤੇ ਸੰਤੁਸ਼ਟੀ ਜ਼ਰੂਰ ਮਿਲੀ ਆ ਮਾਂ ਨੂੰ ਤੇ ਜਿਹੜੇ ਨੌਜਵਾਨ ਦੀ ਡੈਥ ਹੋਈ ਆ ਉਹਦੀ ਪਤਨੀ ਨੂੰ ਤੇ ਕਿਉਂਕਿ ਬੱਚੇ ਬਹੁਤ ਛੋਟੇ ਸੀਗੇ ਉਸ ਵੇਲੇ ਤੇ ਬੱਚਿਆਂ ਨੂੰ ਤਾਂ ਯਾਦ ਵੀ ਨਹੀਂ ਹੋਣਾ ਵੀ ਸਾਡੇ ਪਿਤਾ ਇਸ ਜਹਾਨੋਂ ਤੁਰ ਗਏ ਆ ਜਾਂ ਕਿੱਦਾਂ ਵੀ ਉਹ ਆਪਣੇ ਚਾਚੇ ਜਾਂ ਆਪਣੇ ਤਾਏ ਨੂੰ ਹੀ ਪਾਪਾ ਕਹਿੰਦੇ ਹੋਣਗੇ ਤੇ ਬੜਾ ਈਮੋਸ਼ਨਲ ਜੇ ਆਪਾਂ ਕਹੀਏ ਇਹ ਇਸ ਜਿਹੜੀ ਪਰਿਵਾਰ ਦਾ ਜਿਹੜਾ ਮਾਹੌਲ ਜਿਹੜਾ ਬਣ ਚੁੱਕਿਆ ਕੀ ਨਾਮ ਤੁਹਾਡਾ ਮੇਰਾ ਨਾਮ ਪਰਮਿੰਦਰ ਸਿੰਘ ਜੀ ਤੇ ਇਹ ਜਿਹੜੀ ਕੰਪਲੀਟ ਕੀਤੀ ਸੀਗੀ ਇਹ ਤੁਹਾਡੇ ਵੱਲੋਂ ਕੀਤੀ ਗਈ ਸੀਗੀ ਜਿਹੜੀ ਜਦੋਂ ਹੋ ਰਿਹਾ ਸੀਗਾ ਜਦੋਂ ਇਹ ਇਨਸੀਡੈਂਟ ਹੋਇਆ ਜੀ ਮੈਂ ਮੇਰੇ ਭਰਾ ਤੇ ਸਾਡੇ ਵਰਕਰ ਸਾਰੇ ਅਸੀਂ ਉੱਥੇ ਹੀ ਸੀ ਆ ਤੇ ਜਿਹੜੀ ਇਹ ਐਫ ਆਈ ਆਰ ਹੈ ਤੇ ਕੰਪਲੇਨੈਂਟ ਕੇਸ ਦੇ ਵਿੱਚ ਮੈਂ ਹੀ ਸੀਗਾ ਜੀ ਤੇ ਤੁਸੀਂ ਵੀ ਮੌਕੇ ਦੇ ਉੱਤੇ ਮੌਜੂਦ ਸੀਗੇ ਤੇ ਤੁਹਾਨੂੰ ਵੀ ਸੱਟਾਂ ਲੱਗੀਆਂ ਸੀਗੀਆਂ ਜਾਂ ਕੀ ਕਾਰਨ ਰਿਹਾ ਸੀਗਾ ਜਿਹੜੀ ਜਦੋਂ ਲੜਾਈ ਹੋਈ ਸੀ ਹਾਂਜੀ ਅਸੀਂ ਸਾਰੇ ਆਪਣੀ ਫੈਕਟਰੀ 'ਚ ਹੀ ਮੌਜੂਦ ਸੀ ਉਸ ਵੇਲੇ ਜਦੋਂ ਉਹਨਾਂ ਨੇ ਆਰਟੀ ਸਾਡੇ ਉੱਤੇ ਅਟੈਕ ਕੀਤਾ ਆ ਉਹਨਾਂ ਨੇ ਵਸ ਆਉਂਦੇ ਹੀ ਮਾਰਾ ਮਾਰੀ ਸ਼ੁਰੂ ਕਰ ਦਿੱਤੀ ਲਲਕਾਰੇ ਮਾਰਨੇ ਸ਼ੁਰੂ ਕਰਤੇ ਅਸੀਂ ਨਾਰਮਲ ਜਿਵੇਂ ਆਪਾਂ ਬੈਠੇ ਆਵੇਂ ਬੈਠੇ ਸੀਗੇ ਤੇ ਬਸ ਉਹਨਾਂ ਨੇ ਆਉਂਦੇ ਹੀ ਸਾਰੀ ਉਹਨਾਂ ਦੇ ਹੱਥਾਂ ਦੇ ਵਿੱਚ ਵੈਪਨ ਸੀਗੇ ਤੇ ਉਹਨਾਂ ਨੇ ਮੇਰੇ ਵੀ ਮੇਰੇ ਨਾਲ ਵੀ ਇੱਕ ਸਨਮੁਕੀ ਕੀਤੀ ਆ ਡਾਂਗਾ ਸੋਟਿਆਂ ਦੇ ਵਾਰ ਕੀਤੇ ਸਾਡੇ ਮੇਰੇ ਉੱਤੇ ਵੀ ਆ ਖੈਰ ਮੈਂ ਥੋੜਾ ਚਿਰ ਪਹਿਲਾਂ ਹੀ ਉਹ ਤੋਂ ਅੰਮ੍ਰਿਤ ਛਕਿਆ ਸੀ ਮੈਂ ਦਸਤਾਰ ਸਜਾਉਣੇ ਸ਼ੁਰੂ ਕੀਤੀ ਸੀ ਉਹਨਾਂ ਨੇ ਮੈਨੂੰ ਮੋਨੇ ਨੂੰ ਦੇਖਿਆ ਹੋਇਆ ਸੀ ਜਿਵੇਂ ਮੈਨੂੰ ਪਛਾਣ ਲੈਂਦੇ ਖੈਰ ਉਹ ਵੀ ਮੇਰਾ ਹਾਲ ਵੀ ਮੇਰੇ ਭਰਾਵਾਂ ਵਾਲਾ ਹੀ ਕਰਕੇ ਜਾਂਦੇ ਪਰ ਇਹ ਕਹਿ ਲਉ ਕਿ ਉਹਨਾਂ ਨੇ ਮੈਨੂੰ ਜਾਂ ਪਛਾਣਿਆ ਨਹੀਂ ਜਾਂ ਉਹ ਕਿਉਂਕਿ ਉਹ ਸਾਰੇ ਨਸ਼ੇ ਦੇ ਵਿੱਚ ਦੁੱਤ ਸੀਗੇ ਕਿਉਂਕਿ ਜਿੱਦਾਂ ਹੁਣ ਬਾਅਦ ਚ ਪੁਲਿਸ ਨੇ ਉਹਨਾਂ ਨਾਲ ਇਨਟੈਰੋਗੇਸ਼ਨ ਕੀਤੀ ਹੈ ਉਹਨਾਂ ਨੇ ਖੁਦ ਕਲੇਮ ਕੀਤਾ ਕਿ ਸਾਨੂੰ ਪਤਾ ਹੀ ਨਹੀਂ ਅਸੀਂ ਕੀ ਕਰਕੇ ਆ ਕਿਉਂਕਿ ਅਸੀਂ ਨਸ਼ੇ ਦੇ ਵਿੱਚ ਸੀਗੇ ਸਾਨੂੰ ਤਾਂ ਇਹ ਸੀਗਾ ਕਿ ਅਸੀਂ ਬੰਦੇ ਮਾਰ ਦੇਣੇ ਜਿਹੜਾ ਵੀ ਉੱਥੇ ਮਿਲੇ ਅਸੀਂ ਉਹਨੂੰ ਮਾਰ ਦੇਣੇ ਆ ਔਰ ਉਹ ਸਾਨੂੰ ਮੇਰੇ ਦੋਨੋਂ ਭਰਾਵਾਂ ਨੂੰ ਜਾਂ ਜਿਹੜੇ ਬੰਦਿਆਂ ਦੇ ਸਾਡੇ ਨਾਲ ਹੋਰਾਂ ਨੂੰ ਸੱਟ ਲੱਗੀ ਉਹ ਇੱਕ ਹਿਸਾਬ ਦਾ ਮਰਿਆ ਹੋਇਆ ਸਮਝ ਕੇ ਸਾਨੂੰ ਉੱਥੇ ਸੱਟ ਕੇ ਚਲੇ ਗਏ ਉੱਥੋਂ ਲਲਕਾਰੇ ਮਾਰਦੇ ਸਰ ਕਿੰਨੀ ਦੇਰ ਫਿਰ ਆਪਾਂ ਨੂੰ ਕੇਸ ਲੜਨਾ ਪਿਆ ਤੇ ਕਿਦਾਂ ਫਿਰ ਮਤਲਬ ਹੁਣ ਜੱਜਮੈਂਟ ਆਈ ਹੈ ਤੇ ਉਹਦੇ ਵਿੱਚ ਕੀ ਕੀ ਹੈਗਾ ਤੁਸੀਂ ਇੱਕ ਕਾਗਜ਼ ਆਪਣੇ ਕੋਲ ਰੱਖੇ ਹੋਏ ਨੇ ਹਾਂਜੀ ਇਹ ਜਿਹੜਾ ਅ ਇਨਸੀਡੈਂਟ ਹੋਇਆ ਸੀ ਜੀ ਇਹ 3 10 217 ਦੇ ਵੀ ਰਾਤ ਨੂੰ ਹੋਇਆ ਸੀ ਤੇ 4 ਨੂੰ ਸਾਡੀ ਐਫ ਆਈ ਆਰ ਜਿਹੜੀ ਰਜਿਸਟਰਡ ਹੋਈ ਉਸ ਵੇਲੇ ਦੇ ਜਿਹੜੇ ਅ ਅਫਸਰ ਸੀਗੇ ਬਹੁਤ ਹੀ ਵਧੀਆ ਅਫਸਰ ਸੀ ਜਿਨ੍ਹਾਂ ਨੇ ਸਾਡੀ ਸੁਣੀ ਅ ਕਮਿਸ਼ਨਰ ਸਾਹਿਬ ਤੋਂ ਲੈ ਕੇ ਐਸ ਐਚ ਓ ਸਾਹਿਬ ਤੱਕ ਅਮ ਸਭ ਤੋਂ ਜ਼ਿਆਦਾ ਜਿਹੜੇ ਹੈਲਪਫੁਲ ਅਫਸਰ ਰਹੇ ਨੇ ਜਿਹੜੇ ਕਿ ਬਹੁਤ ਹੀ ਇਮਾਨਦਾਰ ਅਫਸਰ ਨੇ ਆਈਪੀਐਸ ਡਾਕਟਰ ਸੰਦੀਪ ਗਰਗ ਜਿਨ੍ਹਾਂ ਨੇ ਬੜੀ ਬਰੀਕੀ ਦੇ ਨਾਲ ਇਸ ਕੇਸ ਨੂੰ ਦੇਖਿਆ ਔਰ ਸਾਨੂੰ ਵੀ ਗਾਈਡ ਕੀਤਾ ਕਿ ਕੀ ਕੀ ਸਾਨੂੰ ਕਰਨਾ ਚਾਹੀਦਾ ਪੁਲਿਸ ਨੂੰ ਵੀ ਉਹਨਾਂ ਨੇ ਆਪਣੇ ਜਿਹੜੇ ਅੰਡਰ ਸੀਗੇ ਉਹਨਾਂ ਨੂੰ ਵੀ ਹਦਾਇਤਾਂ ਕੀਤੀਆਂ ਕਿ ਛੇਤੀ ਤੋਂ ਛੇਤੀ ਅਰੈਸਟ ਕੀਤੀ ਜਾਵੇ ਖੁਦ ਉਹ ਡਾਕਟਰ ਸੀਗੇ ਉਹਨਾਂ ਨੇ ਡਾਕਟਰਾਂ ਨਾਲ ਗੱਲ ਕੀਤੀ ਜਦੋਂ ਮੇਰੇ ਡਾਕਟਰ ਡੀਪੀ ਸਿੰਘ ਸੀਗੇ ਜਿਨ੍ਹਾਂ ਨੇ ਮੇਰੇ ਬ੍ਰਦਰ ਦਾ ਨਿਊਰੋ ਦੇ ਵਿੱਚ ਆਈ ਸੀ ਯੂ ਚ ਸੀਗੇ ਜਦੋਂ ਉਹਨਾਂ ਨਾਲ ਗੱਲਬਾਤ ਕਰਕੇ ਆਏ ਤਾਂ ਉਹਨਾਂ ਨੇ ਮੈਨੂੰ ਬਹੁਤ ਕਿਉਂਕਿ ਅਸੀਂ ਉਸ ਵੇਲੇ ਸਾਨੂੰ ਪਤਾ ਨਹੀਂ ਸੀ ਕਿ ਸਾਡੇ ਨਾਲ ਕੀ ਹੋਣ ਵਾਲਾ ਹੈ ਕਿਉਂਕਿ ਮੈਂ ਹੀ ਇਹਨਾਂ ਨੂੰ ਹਸਪੀਟਲ ਐਡਮਿਟ ਕਰਾਇਆ ਸੀ ਇਹਨਾਂ ਦੀ ਕੰਡੀਸ਼ਨ ਜੋ ਸੀਗੀ ਉਸ ਵੇਲੇ ਤਾਂ ਐਂ ਲੱਗਦਾ ਸੀ ਕਿ ਸ਼ਾਇਦ ਇਹ ਦੋਨੋਂ ਹੀ ਅਸੀਂ ਮੈਂ ਇਹਨਾਂ ਨੂੰ ਬਚਾ ਨਹੀਂ ਸਕੂੰਗਾ ਉਹ ਰਾਤ ਜਿਹੜੀ ਸੀਗੀ ਉਹ ਬੜੀ ਭਿਆਨਕ ਰਾਤ ਸੀਗੀ ਮੈਨੂੰ ਲੱਗਦਾ ਸੀ ਇਹ ਦੋਨੋਂ ਹੀ ਨਹੀਂ ਬਚ ਪਾਉਣਗੇ ਟੋਟਲ ਕਿੰਨੇ ਜਣੇ ਸੀਗੇ ਜਿਹੜੇ ਇੰਜਰਡ ਹੋਏ ਸੀਗੇ ਇਹਦੇ ਚ ਦੇਖੋ ਜੀ ਜਿਹੜੇ ਮੇਰਾ ਬ੍ਰਦਰ ਚੜਾਈ ਕਰ ਗਿਆ ਗੁਰਪਾਲ ਸਿੰਘ ਉਹ ਸੀਗਾ ਮੇਰੇ ਸਭ ਤੋਂ ਵੱਡੇ ਬ੍ਰਦਰ ਗੁਰਚਰਨ ਸਿੰਘ ਹਰਪ੍ਰੀਤ ਸਿੰਘ ਕਵਲਜੀਤ ਸਿੰਘ ਤੇ ਬਿੱਟੂ ਕੁਮਾਰ ਤੇ ਮੈਂ ਅਸੀਂ ਸਾਰੇ ਉੱਥੇ ਸੀ ਮੇਰੇ ਗੁੱਜੀਆਂ ਸੱਟਾਂ ਲੱਗੀਆਂ ਮੇਰੇ ਸਿਰ ਤੇ ਵੀ ਉਹਨਾਂ ਨੇ ਮਾਰੀਆਂ ਪਰ ਮੇਰੇ ਸਿਰ ਤੇ ਦਸਤਾਰ ਸੀ ਗੁਰੂ ਦੀ ਬਖਸ਼ੀ ਦਸਤਾਰ ਕਰਕੇ ਮੈਂ ਬਚ ਗਿਆ ਪਰ ਜਿਨ੍ਹਾਂ ਦੇ ਜਿਹੜੇ ਗੁਰਚਰਨ ਸਿੰਘ ਹੈ ਉਹ ਤਾਂ ਤੁਹਾਨੂੰ ਮੈਂ ਫੋਟੋ ਦਿਖਾ ਸਕਦਾ ਉਹਨਾਂ ਦੀ ਕੰਡੀਸ਼ਨ ਕੀ ਸੀ ਤੁਸੀਂ ਆਪ ਦੇਖ ਸਕਦੇ ਹੋ ਕਿ ਜਦੋਂ ਅਸੀਂ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਆ ਇਹਨਾਂ ਦੀ ਆ ਕੰਡੀਸ਼ਨ ਸੀ ਜੀ ਉਸ ਵੇਲੇ ਤੁਸੀਂ ਦੇਖ ਸਕਦੇ ਹੋ ਇਹ 5-6 ਦਿਨ ਵੈਂਟੀਲੇਟਰ ਤੇ ਰਹੇ ਨੇ ਤੇ ਇਹਨਾਂ ਬਾਰੇ ਵੀ ਜਾਣਕਾਰੀ ਦੋ ਜਿਹੜੇ ਤੁਸੀਂ ਆ ਹਾਂਜੀ ਆ ਦੇਖੋ ਆ ਐਮ ਐਲ ਆਰ ਆ ਜੀ ਇਹ ਇਹ ਜਿਹੜੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਆ ਇਹਦੇ ਵਿੱਚ ਐਮਐਲਆਰ ਹੈ ਡਾਕਟਰ ਸਾਹਿਬ ਦੀ ਇਹਨਾਂ ਨੇ ਦੇਖੋ ਇੰਨੀਆਂ ਇੰਜਰੀਆਂ ਇੱਕ ਬੰਦੇ ਨੇ ਸuffer ਕੀਤੀਆਂ ਹੋਣ ਤੇ ਉਹ ਮਤਲਬ ਉਹ ਉਹਨਾਂ ਨੂੰ ਸਭ ਕੁਝ ਪਤਾ ਸੀ ਉਹ ਕੀ ਕਰ ਰਹੇ ਨੇ ਉਹ ਤਾਂ ਮਤਲਬ ਆਪਣਾ ਮਨ ਬਣਾ ਕੇ ਆਏ ਸੀ ਕਿ ਅੱਜ ਅਸੀਂ ਮਾਰ ਕੇ ਆਵਾਂਗੇ ਔਰ ਜਦੋਂ ਭਾਜੀ ਜਦੋਂ ਪੋਸਟਮਾਰਟਮ ਕੀਤਾ ਗਿਆ ਨਾ ਜੀ ਮੈਂ ਉਸ ਵੇਲੇ ਉੱਥੇ ਮੌਜੂਦ ਸੀਗਾ ਜਦੋਂ ਡਾਕਟਰ ਸਾਹਿਬ ਨੇ ਉਹਨਾਂ ਦਾ ਸਕਲ ਤੋੜਿਆ ਨਾ ਜੀ ਪੋਸਟਮਾਰਟਮ ਕਰਨ ਲਈ ਡਾਕਟਰ ਗੁਰਚਰਨ ਸਿੰਘ ਤੇ ਉਹਨਾਂ ਦਾ ਪੂਰਾ ਪੈਨਲ ਸੀ ਉਹਨਾਂ ਨੇ ਮੈਨੂੰ ਬਾਹਰ ਆ ਕੇ ਇੱਕ ਗੱਲ ਪੁੱਛੀ ਕਿ ਬੇਟਾ ਐਡੀ ਵੱਡੀ ਕਿਹੜੀ ਰੰਜਿਸ਼ ਸੀ ਕਿ ਜਿਹੜਾ ਬ੍ਰੇਨ ਸੀ ਬੰਦੇ ਦਾ ਹਿਊਮਨ ਬ੍ਰੇਨ ਸੀ ਉਹ ਐਸੀ ਇਟ ਵਾਸ ਲਾਈਕ ਅ ਮੈਸ਼ ਪੋਟੇਟੋ ਡਾਕਟਰ ਸਾਹਿਬ ਦੀ ਵਰਡਿੰਗ ਐਸੀ ਮੈਨੂੰ ਆ ਕੇ ਕਹੇ ਕਿ ਐਡੀ ਵੱਡੀ ਕਿਹੜੀ ਰੰਜਿਸ਼ ਹੋ ਗਈ ਕਿ ਬੰਦਿਆਂ ਨੇ ਸਿਰ ਬਿਲਕੁਲ ਭਾਨੀ ਸੁੱਟਿਆ ਹਾਂ ਮਤਲਬ ਚੂਰਾ ਚੂਰਾ ਕਰ ਚੂਰਾ ਚੂਰਾ ਜਿਹੜੀ ਹੱਡੀ ਸੀ ਨਾ ਜੀ ਆਹ ਵਾਲੀ ਡਿਪਰੈਸਡ ਇੰਜਰੀ ਕਹਿੰਦੇ ਇਹਨੂੰ ਡਾਕਟਰ ਨੇ ਕੀ ਮਾਰਿਆ ਸੀ ਉਹਨਾਂ ਨੇ ਕੋਈ ਮੋਢੀ ਤਕੜੀ ਚੀਜ਼ ਸੀ ਕੋਈ ਸਾਡੇ ਨਾ ਫੈਕਟਰੀ 'ਚ ਫਰਸ਼ ਪੈ ਰਿਆ ਸੀ ਜਿੰਮੇ ਥੋੜਾ ਜਿਹਾ ਏਰੀਆ ਉੱਥੇ ਰੋੜੀ ਕੁੱਟਣ ਵਾਸਤੇ ਦੁਰਮਟ ਪਏ ਸੀ ਹਾਂਜੀ ਜਦੋਂ ਕਿਉਂਕਿ ਮੇਰੀ ਅੱਖੀ ਦੇਖੀ ਆ ਮੇਰੇ ਸਾਹਮਣੇ ਹੋ ਰਿਹਾ ਮੈਨੂੰ ਉਹਨਾਂ ਨੇ ਫੜਿਆ ਹੋਇਆ ਮਾਰਕਟਾਈ ਹੋ ਰਹੀ ਹੈ ਪਰ ਜਦੋਂ ਮੈਂ ਇੱਕ ਸਾਈਡ ਤੇ ਦੇਖਿਆ ਮੇਰੇ ਬ੍ਰਦਰ ਤੇ ਜਦੋਂ ਪਹਿਲਾਂ ਸਿਰ ਤੇ ਉਹਨਾਂ ਨੇ ਵਾਰ ਕੀਤਾ ਉਹ ਥੱਲੇ ਡਿੱਗ ਗਿਆ ਜਦੋਂ ਉਹ ਥੱਲੇ ਡਿੱਗ ਗਿਆ ਤੇ ਉਸ ਤੋਂ ਬਾਅਦ ਅਸ਼ੋਕ ਕੁਮਾਰ ਦੇ ਹੱਥ ਦੇ ਵਿੱਚ ਦੁਰਮਟਾ ਗਤ ਉਹਨੇ ਉਹਦੇ ਗਰਦਨ ਦੇ ਤੇ ਤੌਣ ਦੇ ਉੱਤੇ ਵਾਰ ਕੀਤੇ। ਬਸ ਹੁਣ ਇਸ ਇਨਸੀਡੈਂਟ ਦੇ ਵਿੱਚ ਕੀ ਜਜਮੈਂਟ ਹੈ ਤੇ ਕਿੰਨੇ ਜਣਿਆਂ ਨੂੰ ਹੁਣ ਸਜ਼ਾ ਹੋਈ ਹੈ ਤੇ ਕਿੰਨਿਆਂ ਨੂੰ ਜੁਰਮਾਨਾ ਹੋਇਆ ਹੈ ਤੇ ਟੋਟਲ ਕਿੰਨੇ ਜਣੇ ਸੀਗੇ? ਸਰ ਇਸ ਕੇਸ ਦੇ ਵਿੱਚ ਜੀ ਟੋਟਲ ਜਿਹੜੇ ਬੰਦੇ ਸੀਗੇ ਉਹ 18 ਸੀਗੇ। ਤੇ 30 40 ਅਣਪਛਾਤੇ ਜਿਹੜੇ ਸਾਨੂੰ ਪਛਾਣ ਨਹੀਂ ਆਏ ਕਿਉਂਕਿ ਜਿਹੜੇ ਬੰਦੇ ਤਾਂ ਫੈਕਟਰੀ ਪ੍ਰੀਮਿਸਿਸ ਦੇ ਅੰਦਰ ਐਂਟਰ ਹੋ ਗਏ ਉਹ ਸਾਨੂੰ ਦਿਸ ਗਏ ਮੈਨੂੰ ਦਿਸ ਗਏ ਮੇਰੇ ਬ੍ਰਦਰਸ ਤੋਂ ਦਿਸ ਗਏ ਔਰ ਇਹਨਾਂ ਬੰਦਿਆਂ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਇਸ ਕਰਕੇ ਜਾਣਦੇ ਨੇ ਕਿ ਮੈਂ ਕਿਸੇ ਦੇ ਬਾਰੇ ਕੈਰੈਕਟਰ ਅਸੈਸਿਨੇਸ਼ਨ ਨਾ ਕਰਾਂ ਚਲੋ ਜਿੱਦਾਂ ਦਾ ਵੀ ਉਹਨਾਂ ਦਾ ਕਰਦਾਰ ਹੈ ਪਰ ਕਈ ਲੋਕ ਫੇਮਸ ਹੁੰਦੇ ਨੇ ਕਈ ਲੋਕ ਚੰਗੇ ਕਰਮਾ ਕਰਕੇ ਕੋਈ ਮਾੜੇ ਕਰਮਾ ਕਰਕੇ ਫੇਮਸ ਹੁੰਦੇ ਨੇ ਹੁਣ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਨਾਲ ਫੇਮਸ ਹੋਣਗੇ ਠੀਕ ਹੈ ਤੇ ਇਹਦੇ ਵਿੱਚ ਦੋ ਬੰਦੇ ਇੱਕ ਜਿਹੜਾ ਸੀਗਾ ਉਹ ਬੇਗੁਨਾਹੀ ਹੋ ਗਈ ਸੀ ਇੱਕ ਬੰਦਾ ਪੀਓ ਹੈ ਤੇ 15 ਬੰਦੇ ਜਿਹੜੇ ਸੀਗੇ ਉਹਨਾਂ ਨੂੰ ਸਜ਼ਾ ਹੋਈ ਹੈ ਜੀ ਅਮ ਇਹ ਜੱਜਮੈਂਟ ਦੀ ਕਾਪੀ ਹੈ ਜੀ 108 ਪੇਜਾਂ ਦੀ ਜੱਜ ਜੱਜ ਸਾਹਿਬ ਨੇ ਜੱਜਮੈਂਟ ਦਿੱਤੀ ਹੈ ਔਰ ਬਹੁਤ ਹੀ ਜੱਜ ਸਾਹਿਬ ਨੇ ਬਰੀਕੀ ਦੇ ਨਾਲ ਜੱਜਮੈਂਟ ਦਿੱਤੀ ਹੈ ਇੱਕ ਇੱਕ ਫੈਕਟ ਨੂੰ ਉਹਨਾਂ ਨੇ ਲਿਖਿਆ ਇੱਕ ਇੱਕ ਫੈਕਟ ਨੂੰ ਉਹਨਾਂ ਨੇ ਪੜ੍ਹ ਕੇ ਉਸ ਦਾ ਜਵਾਬ ਦਿੱਤਾ ਹੈ ਜੀ ਹਾਂ ਹਾਂ ਔਰ ਇਹਦੇ ਵਿੱਚ ਮੈਂ ਤੁਹਾਨੂੰ ਅਮ ਪੇਜ 96 ਤੋਂ 96 ਸ਼ੁਰੂ ਹੋ ਜਾਂਦੀ ਹੈ ਜੀ ਇੱਥੋਂ ਜੱਜ ਸਾਹਿਬ ਨੇ ਬਾਈ ਨੇਮ ਜਿੰਨੇ ਵੀ ਮਲਜ਼ਮ ਸੀਗੇ ਉਹਨਾਂ ਨੂੰ ਸੈਂਟੈਂਸ ਦੇਣੀ ਸ਼ੁਰੂ ਕਰ ਦਿੱਤੀ ਹੈ ਜਿਵੇਂ ਇਹ ਅਸ਼ੋਕ ਕੁਮਾਰ ਹੈ ਜੀ ਮੇਨ ਜਿਹੜਾ ਕੇਸ ਦੇ ਵਿੱਚ ਨਾਮਜਾਦ ਬੰਦਾ ਆ ਇਹਨੂੰ 302 ਦੇ ਵਿੱਚ ਜੱਜ ਸਾਹਮਣੇ ਲਾਈਫ ਇਨ ਪ੍ਰਿਜ਼ਰਵਮੈਂਟ ਦਿੱਤੀ ਹੈ ਜੀ ਉਮਰ ਕੈਦ ਉਮਰ ਕੈਦ ਦੀ سزا ਦਿੱਤੀ ਹੈ ਜੀ 307 ਦੇ ਵਿੱਚ ਉਹਨੂੰ 10 ਸਾਲ ਦੀ ਸਜ਼ਾ ਹੋਈ ਜੀ ਤੇ ਐਦਾਂ ਹੀ ਵੱਖ-ਵੱਖ ਧਰਾਵਾਂ ਲੱਗੀਆਂ ਨੇ ਜਿਵੇਂ 324 ਹੈ 323 ਹੈ 452 500 ਜਿੰਨੀਆਂ ਵੀ ਧਰਾਵਾਂ ਲੱਗੀਆਂ ਸੀ ਉਹਨਾਂ ਦੇ ਵਿੱਚ ਸਾਰੀਆਂ ਧਰਾਵਾਂ ਦੇ ਵਿੱਚ ਸਜ਼ਾ ਹੋਈ ਸਾਰੀਆਂ ਧਰਾਵਾਂ ਦੇ ਵਿੱਚ ਉਹਨਾਂ ਨੂੰ ਸਜ਼ਾ ਵੀ ਹੋਈ ਹੈ ਜੀ ਤੇ ਨਾਲ ਦੀ ਨਾਲ ਉਹਨਾਂ ਨੂੰ ਜੁਰਮਾਨਾ ਵੀ ਦਿੱਤਾ ਹੈ ਜੋ ਬਾਈ ਲਾ ਸਾਡੇ ਇੰਡੀਆ ਦਾ ਲਾ ਕਰਦਾ ਆ ਤੇ ਜੀ ਉਹਦੇ ਵਿੱਚ ਕੈਟੇਗੋਰਿਕਲੀ ਲਿਖਿਆ ਜੀ ਉਹ ফাইন ਜਮਾ ਨਹੀਂ ਕਰਾਉਂਦੇ ਉਹਨਾਂ ਦੀ ਇੰਪ੍ਰਿਜ਼ਨਮੈਂਟ ਵੱਧ ਜਾਏਗੀ ਮਤਲਬ ਸਜ਼ਾ ਵਧਾ ਦਿੱਤੀ ਜਾਏਗੀ ਹਾਂ ਜੀ ਉਹ ਨਹੀਂ ਜਮਾ ਕਰਾਉਂਦੇ ਤੇ ਹੁਣ ਇਹਦੇ ਵਿੱਚ ਦੇਖੋ ਤੁਸੀਂ 15 ਬੰਦਿਆਂ ਦੇ ਨਾਮ ਨੇ ਜੱਜ ਸਾਹਿਬ ਨੇ 15 ਦੇ 15 ਨੂੰ ਸਾਰੀਆਂ ਜਿੰਨੀਆਂ ਵੀ ਲਾਈਆਂ ਆਪੀਸੀਸੀ ਨੂੰ ਐਟਰੀਬਿਊਟ ਕਰ ਦਿੱਤੀਆਂ ਇਹ ਹੁਣ ਇੱਕ ਪੱਜੀ ਗੱਲ ਕਰੀਏ ਤੇ ਇਹ ਟੋਟਲ ਜਿਹੜੇ ਸੀਗੇ ਬੰਦੇ 18 ਜਣੇ ਸੀਗੇ ਇਹਦੇ ਵਿੱਚ ਇੱਕ ਪੀਓ ਹੈ ਹਾਂਜੀ ਤੇ ਇੱਕ ਬਰੀ ਕਰ ਦਿੱਤਾ ਹਾਂਜੀ ਤੇ 15 ਜਣਿਆਂ ਨੂੰ ਜਿਹੜੀ ਕਿ ਸਜ਼ਾ ਉਮਰ ਕੈਦ ਦੀ ਜਿਹੜੀ ਸਜ਼ਾ ਦਿੱਤੀ ਗਈ ਹੈ ਤੇ ਨਾਲ ਜੁਰਮਾਨਾ ਕੀਤਾ ਹੈ ਜੁਰਮਾਨਾ ਔਰ ਇਹ ਹਿੱਤ ਤੋਂ ਇਲਾਵਾ 휴ਮੈਨਿਟੀ ਗਰਾਉਂਡਸ ਦੇ ਉੱਤੇ ਅਮ ਕੁਝ ਕੰਮ ਮੁਆਵਜ਼ਾ ਵੀ ਦਿੱਤਾ ਗਿਆ ਹੈ ਜੋ ਸਾਡੇ ਐਸ ਪਰ ਇੰਡੀਅਨ ਲਾਅ ਦੇ ਹਿਸਾਬ ਨਾਲ ਆ ਇਹਦੇ ਚ ਜੱਤ ਸਾਬ ਨੇ ਕੈਟੈਗੋਰਿਕਲੀ ਲਿਖਿਆ ਕਿ ਜਿਹੜੇ ਤਾਂ ਇੰਜਰਡ ਹੋਏ ਸੀ ਉਹਨਾਂ ਨੂੰ 50-50000 ਦਾ ਜੁਰਮਾਨਾ ਆ ਜਿਵੇਂ ਵੱਡੇ ਭਾਜੀ ਨੂੰ ਸੱਟਾਂ ਜ਼ਿਆਦਾ ਸੀ ਉਹਨਾਂ ਨੂੰ ਲੱਖ ਰੁਪਈਆ ਤੇ ਜਿਹੜੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਹੈ ਜੀ ਉਹਨਾਂ ਨੂੰ 2 ਲੱਖ ਰੁਪਈਆ ਸਾਡੇ ਲਈ ਇਹ ਪੈਸਾ ਕੋਈ ਮਾਇਨੇ ਨਹੀਂ ਲਖਾਉਂਦਾ ਹੂੰ ਹੂੰ ਕਿਉਂਕਿ ਇਸ ਕੇ ਇਸ ਜੰਗ ਨੂੰ ਜਿੱਤਣ ਵਾਸਤੇ ਜੋ ਉਤਾਰ ਚੜ੍ਹਾ ਮੈਂ ਦੇਖਿਆ ਨਾ ਜੀ ਪਹਿਲੇ ਦਿਨ ਤੋਂ ਲੈ ਕੇ ਕੱਲ 30 11 2023 ਤੱਕ ਉਹ ਮੈਂ ਜਾਣਦਾ ਜਾਂ ਮੇਰਾ ਪਰਮਾਤਮਾ ਜਾਣਦਾ ਕਿਉਂਕਿ ਇਹ ਲੜਾਈ ਕੋਈ ਛੋਟੀ ਲੜਾਈ ਨਹੀਂ ਸੀ ਸਰ ਇਹਦੇ ਵਾਸਤੇ ਮੈਨੂੰ ਬਹੁਤ ਕੁਝ ਕਰਨਾ ਪਿਆ ਇਨ੍ਹਾਂ ਨੇ ਇਹ ਟਿਲ ਅਕਟੂਬਰ 2023 ਤੱਕ ਇਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਜਮਾਨਤਾਂ ਲਾਈਆਂ ਇਵ ਸੁਪਰੀਮ ਕੋਰਟ ਆਫ ਇੰਡੀਆ ਤੱਕ ਗਏ ਮੈਂ ਉੱਥੇ ਤੱਕ ਫਾਈਟ ਕੀਤੀ ਹੈ ਜੀ ਤਾਂ ਅੱਜ ਮੈਨੂੰ ਇਹ ਜਿਹੜਾ ਇਨਸਾਫ ਮਿਲ ਸਕਿਆ ਹੈ ਪਰ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜੱਤ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਹੀ ਥੋੜੇ ਸਮੇਂ 'ਚ ਬਹੁਤ ਹੀ ਵਧੀਆ ਜੱਜਮੈਂਟ ਦਿੱਤੀ ਹੈ ਇੱਕ ਇਤਿਹਾਸ ਰਚਿਆ ਹੈ ਕਿ 15 ਦੇ 15 ਬੰਦਿਆਂ ਨੂੰ ਉਮਰ ਕੈਦ ਦੀ ਸਜ਼ਾ ਔਰ ਇਸ ਸੁਸਾਇਟੀ ਦੇ ਵਿੱਚ ਜਿਹੜੇ ਇਹ ਸ਼ਰਾਰਤੀ ਅਨਸਰ ਨੇ ਨਾ ਜੀ ਮੈਂ ਨਹੀਂ ਚਾਹੁੰਦਾ ਜੋ ਮੇਰੇ ਪਰਿਵਾਰ ਨਾਲ ਹੋਇਆ ਕਿਸੇ ਹੋਰ ਦੇ ਪਰਿਵਾਰ ਨਾਲ ਹੋਵੇ ਅਸੀਂ ਚੱਲ ਚੱਲ ਗਏ ਚਲੋ ਵਾਹਿਗੁਰੂ ਦੀ ਮਿਹਰ ਹੈ ਕਈ ਪਰਿਵਾਰ ਹਾਂ ਥੋੜੇ ਡਾਊਨ ਹੁੰਦੇ ਨੇ ਡਾਊਨ ਹੁੰਦੇ ਨੇ ਕਿਉਂਕਿ ਸਾਨੂੰ ਇਹ ਇਹਨਾਂ ਨੇ ਦੇਖੋ ਜੀ ਪਹਿਲਾਂ ਸਾਨੂੰ ਡਰਾਇਆ ਮੈਂ ਕਚੈਰੀਆਂ 'ਚ ਜਦੋਂ ਪੇਸ਼ੀ ਭੁਗਤਣ ਜਾਂਦਾ ਸੀ ਮੈਨੂੰ ੱੱੱਕੇ ਮਾਰੇ ਇਹਨਾਂ ਨੇ ਪੌੜੀਆਂ 'ਚ ਸੁੱਟਿਆ ਮੈਨੂੰ ਗਾਲ੍ਹਾਂ ਕੱਢਣੀਆਂ ਪਰ ਮੈਂ ਕਦੀ ਤਵੱਜੋ ਨਹੀਂ ਦਿੱਤੀ ਇਹਨਾਂ ਵੱਲ ਮੈਂ ਉਸ ਪਰਮਾਤਮਾ ਤੇ ਟੀਕ ਰੱਖੀ ਫਿਰ ਸੈਕੰਡ ਗੱਲ ਆ ਗਈ ਜੀ ਫਿਰ ਇਹ ਮਿੰਤਾ ਤੇ ਆ ਗਏ ਸਾਡੇ ਕੋਲ ਇੰਨੇ ਪੈਸੇ ਲੈ ਲਓ ਸਾਡੇ ਕੋਲ ਇੰਨੇ ਪੈਸੇ ਲੈ ਲਓ ਸਾਡੇ ਕੋਲ ਇੰਨੇ ਪੈਸੇ ਲੈ ਲਓ ਸਾਡੇ ਘਰੇ ਬੰਦੇ ਭੇਜੇ ਆਂਡ ਗਵਾਂਡ ਚੋਂ ਬੰਦੇ ਭਜਨੇ ਸ਼ੁਰੂ ਕਰ ਦਿੱਤੇ ਅਸੀਂ ਉਹ ਵੀ ਨਹੀਂ ਮੰਨੀ ਹਰ ਕੇ ਫੇਰ ਇਹਨਾਂ ਨੇ ਇਹ ਮੋਟਰ ਬਣਾ ਲਿਆ ਮੇਰੇ ਬ੍ਰਦਰ ਦੇ ਉੱਤੇ ਵੀ ਇਹਨਾਂ ਨੇ ਦੁਬਾਰਾ ਚ ਹੀ ਅਟੈਕ ਕਰ ਦਿੱਤਾ ਓਕੇ ਇਹਦੇ ਚ ਇੱਕ ਬੰਦਾ ਸੀ ਰਜਿੰਦਰ ਸਿੰਘ ਕਾਕਾ ਚੰਪਾ ਉਹਨੇ ਮੇਰੇ ਬ੍ਰਦਰ ਦੇ ਬਾਈਕ ਦੇ ਵਿੱਚ ਮੋਟਰ ਆਪਣੀ ਗੱਡੀ ਮਾਰੀ ਅੱਛਾ ਅਸੀਂ ਮੋਡਲ ਟਾਊਨ ਠਾਣੇ ਗਏ ਪਰ ਉਸ ਵੇਲੇ ਸਰਕਾਰ ਕਿਸੇ ਦੀ ਸੀ ਤੇ ਉਹ ਸਰਕਾਰ ਦੇ ਬੰਦੇ ਸੀ ਚਲੋ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਫਿਰ ਮੈਂ ਸੀਪੀ ਸਾਹਿਬ ਦੇ ਜਾ ਕੇ ਪੇਸ਼ ਹੋ ਗਿਆ ਮੈਂ ਕਿਹਾ ਸਰ ਜੇ ਤੁਸੀਂ ਚਾਹੁੰਦੇ ਹੋ ਕਿ ਨਾ ਸਾਨੂੰ ਇਨਸਾਫ ਮਿਲੇ ਸਾਨੂੰ ਐਦਾਂ ਹੀ ਮਾਰਨ ਕੁੱਟਣ ਅਸੀਂ ਘਰ ਦੇ ਅੰਦਰ ਤਾਂ ਬਹਿ ਨਹੀਂ ਸਕਦੇ ਅਸੀਂ ਘਰਾਂ ਤੋਂ ਬਾਹਰ ਅਸੀਂ ਇੱਕ ਇੰਡਸਟਰੀ ਚਲਾਉਣੀ ਹੈ ਇੱਕ ਫੈਕਟਰੀ ਚਲਾਉਣੀ ਹੈ ਅਸੀਂ ਕੰਮਕਾਰ ਵੀ ਕਰਨੇ ਬਾਹਰ ਸਾਡੀ ਫੈਕਟਰੀ ਹੈ ਜਿੱਤੇ ਵਕੂਆ ਹੋਇਆ ਸਾਡੀ ਫੈਕਟਰੀ ਹੈ ਜੀ ਕਰਤਾਰ ਉਦਯੋਗ ਗੁਰਪਾਲ ਨਗਰ ਦੇ ਵਿੱਚ ਸਾਡੀ ਫੈਕਟਰੀ ਹੈ ਔਰ ਅਸੀਂ ਸਪੈਸ਼ਲ ਪਰਪਸ ਮਸ਼ੀਨਸ ਬਣਾਉਂਦੇ ਆਂ ਔਰ ਇੰਡੀਆ ਦੀ ਹਰ ਇੱਕ ਵੱਡੀ ਐਮ ਐਨ ਸੀ ਦੇ ਨਾਲ ਅਸੀਂ ਕੰਮ ਕਰਦੇ ਆਂ ਸਰ ਇੱਕ ਗੱਲ ਹੋਰ ਦੱਸੋ ਵੀ ਹੁਣ 15 ਜਣੇ ਨੂੰ ਸਜ਼ਾ ਹੋਈ ਆ 15 ਦੇ ਵਿੱਚੋਂ ਪੰਜ ਪਹਿਲਾਂ ਹੀ ਜੇਲ੍ਹ ਦੇ ਵਿੱਚ ਸੀ ਜਿਹੜੇ 10 ਸੀਗੇ ਉਹ ਜ਼ਮਾਨਤ ਤੇ ਬਾਹਰ ਆਏ ਹੋਏ ਸੀਗੇ ਹਾਂਜੀ ਉਹਨਾਂ ਨੂੰ ਜੋ ਜ਼ਮਾਨਤ ਜਿਹੜੀ ਹੈ ਨਾ ਜੀ 5-5 ਸਾਲ ਬਾਅਦ ਮਿਲੀ ਆ ਹਾਈ ਕੋਰਟ ਤੋਂ ਜਾ ਕੇ 3-3 4-4 ਵਾਰ ਅਪੀਲ ਲਾਉਣ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਜਿਹੜੀ ਆ ਮਿਲੀ ਆ ਇਹ ਉਹ ਲੋਕ ਸੀਗੇ ਜਿਹੜੇ ਕਿ ਭੀੜ ਕਹਿ ਲੋ ਜਾਂ ਜਿਨ੍ਹਾਂ ਦੀ ਐਟਰੀਬਿਊਸ਼ਨ ਘੱਟ ਸੀ ਘੱਟ ਸੀਗੇ ਉਹਨਾਂ ਨੂੰ ਜਮਾਨਤ ਹਾਂਜੀ ਔਰ ਸਾਡੇ ਜਿਹੜੇ ਵਕੀਲ ਸਹਿਬਾਨ ਰਹੇ ਨੇ ਜਿਵੇਂ ਲੁਧਿਆਣੇ ਦੇ ਵਿੱਚ ਸਾਡੇ ਸਰਦਾਰ ਜਗਮਉਨ ਸਿੰਘ ਵੜੈਚ ਜੀ ਬੜੇ ਸੀਨੀਅਰ ਵਕੀਲ ਨੇ ਉਹਨਾਂ ਦੇ ਜੂਨੀਅਰ ਐਡਵੋਕੇਟ ਰੁਪਿੰਦਰ ਸਿੰਘ ਦਿਉਲ ਤੇ ਸਾਡੇ ਜਿਹੜੇ ਹਾਈ ਕੋਰਟ ਦੇ ਵਕੀਲ ਰਹੇ ਨੇ ਐਡਵੋਕੇਟ ਬ੍ਰਿਜੇਸ਼ਵਰ ਸਿੰਘ ਭੱਲਾ ਤੇ ਐਡਵੋਕੇਟ ਨਿਰਿੰਦਰ ਡਡਵਾਲ ਉਹਨਾਂ ਨੇ ਸਾਡੀ ਬੜੇ ਸੁਚੱਜੇ ਢੰਗ ਨਾਲ ਸਾਡਾ ਕੇਸ ਚਲਾਇਆ ਇਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਦਿੱਤਾ ਜਿੰਨਾਂ ਨੇ ਇੰਨੇ ਟੈਕਟਿਕਸ ਰਚੇ ਨਾ ਜੀ ਬਾਹਰ ਨਿਕਲਣ ਵਾਸਤੇ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਾਂ 30 ਤਰੀਕ ਨੂੰ ਸਾਡਾ ਫੈਸਲਾ ਆਉਣਾ ਸੀ ਜੀ ਇਹਨਾਂ ਨੇ 30 ਤਰੀਕ ਲਈ ਹਾਈ ਕੋਰਟ ਦੇ ਵਿੱਚੋਂ ਆਪ ਜਾ ਕੇ ਟਾਈਮ ਬਾਉਂਡ ਕਰਾ ਲਿਆ ਏ ਕਿ 30 ਤਰੀਕ ਨੂੰ ਫੈਸਲਾ ਦੇਣਾ ਪੈਣਾ ਇਹਨਾਂ ਨੂੰ ਜੇ 30 ਤਰੀਕ ਨੂੰ ਫੈਸਲਾ ਨਹੀਂ ਦਿੰਦੇ ਤਾਂ 1 ਦਸੰਬਰ ਨੂੰ ਇਹਨਾਂ ਨੂੰ ਇਹ ਇਹਨਾਂ ਨੂੰ ਸਾਰਿਆਂ ਨੂੰ ਜ਼ਮਾਨਤ ਆਟੋਮੈਟਿਕਲੀ ਮਿਲ ਜਾਏਗੀ ਅੱਛਾ ਏ ਇੰਨੇ ਜਾਨੀ ਕਿ ਬੰਦੇ ਛਾਤਰ ਨੇ ਜੀ ਇਹਨਾਂ ਨੇ ਜਿਹੜੇ ਪਟਿਆਲੇ ਤੇ ਨਾਭੇ ਦੀਆਂ ਗਾਰਦਈ ਮਿਸ ਕਰਾਤੀਆਂ 12 ਵਜੇ ਤੱਕ ਗਾਰਦਈ ਇੱਕ ਜੱਜ ਸਾਹਿਬ ਦਾ ਇੱਕ ਲਾਲ ਪੈਨ ਨਾਲ ਸ਼ਾਹੀ ਨਾਲ ਸੈਨ ਹੋਇਆ ਕਾਗਜ਼ ਉਹਨਾਂ ਨੇ ਮੰਨਿਆ ਹੀ ਨਹੀਂ ਪਰ ਜੱਜ ਸਾਹਿਬ ਨੇ ਵੀ ਕਿਹਾ ਕਿ ਨਹੀਂ ਅੱਜ ਹੀ ਫੈਸਲਾ ਹੋਏਗਾ ਉਹਨਾਂ ਨੂੰ ਭੇਜੋ ਇਹ ਇਦਾਂ ਦੀਆਂ ਟੈਕਟਿਕਸ ਵੀ ਜੀ ਇਹਨਾਂ ਨੇ ਅਪਣਾਈਆਂ ਸਾਡੇ ਉੱਤੇ ਬੜੇ ਦਬਾਅ ਪਾਏ ਸਾਡੇ ਉੱਤੇ ਬੜਾ ਪੋਲੀਟੀਕਲ ਪ੍ਰੈਸ਼ਰ ਪਵਾਇਆ ਇਹਨਾਂ ਨੇ ਸਮਾਜਿਕ ਤੌਰ ਤੇ ਵੀ ਬੜਾ ਪ੍ਰੈਸ਼ਰ ਪਵਾਇਆ ਇਹਨਾਂ ਨੇ ਸਾਡਾ ਜਿਹੜਾ ਨਰੇਟਿਵ ਬੜਾ ਗਲਤ ਲੋਕਾਂ ਦੇ ਵਿੱਚ ਮੈਸੇਜ ਦਿੱਤਾ ਕਿਉਂਕਿ ਆਪ ਤਾਂ ਇਹ ਸਾਰੇ ਚਲੋ ਅਫੈਂਡਰ ਨੇ ਚਲੋ ਆਪਣੇ ਮੂੰਹੋਂ ਆਪਣੀ ਤਾਰੀਫ਼ ਨਹੀਂ ਹੁੰਦੀ ਤੁਸੀਂ ਮੇਰੇ ਭਰਾ ਨੂੰ ਤੁਹਾਨੂੰ ਤੁਸੀਂ ਇਸ ਏਰੀਆ 'ਚ ਕਿਤੇ ਵੀ ਚਲੇ ਜਾਓ ਮੇਰੇ ਫਾਦਰ ਸਾਹਿਬ ਦਾ ਨਾਮ ਲਓ ਸਰਦਾਰ ਸੇਵਾ ਸਿੰਘ ਰਾਹੀ ਉਹ ਤੁਹਾਨੂੰ ਦੱਸ ਦੇਗਾ ਇਹ ਪਰਿਵਾਰ ਕਿੱਦਾਂ ਦਾ ਆ ਮੇਰੇ ਫਾਦਰ ਸਾਹਿਬ ਬਹੁਤ ਪਦੀਆ ਮਤਲਬ ਇੱਕ ਸਮਾਜ ਸੇਵੀ ਬੰਦੇ ਸੀ ਨਹੀਂ ਅਸੀਂ ਸੁਣਿਆ ਹੈ ਕਿ ਕੋਈ ਗੁਰਸਖ ਫੈਮਲੀ ਆ ਕੋਈ ਰੱਬ ਨੂੰ ਮੰਨਣ ਵਾਲੀ ਫੈਮਲੀ ਆ ਅਸੀਂ ਸੁਣਿਆ ਹੈ ਤੇ ਸਾਨੂੰ ਹੁਣ ਬਾਹਰੋਂ ਵੀ ਪਤਾ ਲੱਗਿਆ ਆ ਤੇ ਤੁਹਾਡੇ ਪੜੋਸੀ ਵੀ ਸਾਡੇ ਨਾਲ ਆਏ ਨੇ ਤੇ ਇਹਨਾਂ ਨੇ ਵੀ ਸਾਨੂੰ ਦੱਸਿਆ ਵੀ ਇਹੋ ਜਿਹੇ ਬੰਦੇ ਪੂਰੇ ਏਰੀਆ ਦੇ ਵਿੱਚ ਨਹੀਂ ਹੈ ਬਹੁਤ ਸਾਊ ਫੈਮਲੀ ਹੈ ਤੇ ਉਹ ਮਾਤਾ ਜੀ ਦੇ ਸੁਭਾਅ ਤੋਂ ਵੀ ਪਤਾ ਲੱਗਦਾ ਤੁਹਾਡੇ ਵੀ ਪਹਿਰਾਵੇ ਤੋਂ ਤੁਹਾਡੇ ਸੁਭਾਅ ਤੋਂ ਵੀ ਪਤਾ ਲੱਗਦਾ ਹੈ ਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਜਿਹੜੇ ਤੁਹਾਡੇ ਬ੍ਰਦਰ ਜਿਹੜੇ ਮਸਾਂ ਹੀ ਬਚੇ ਆ ਉਹ ਵੀ ਪਹਿਲਾਂ ਸਰਦਾਰ ਸੀਗੇ ਤੇ ਉਸ ਤੋਂ ਬਾਅਦ ਉਹ ਇੰਜਰਡ ਹੋ ਗਏ ਆ ਸਿਰ ਦੇ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੇਸ ਕਟਾਉਣੇ ਪਏ ਸੀਗੇ ਇਹਨਾਂ ਦੇ ਕੇਸ ਦੀ ਡਾਕਟਰਾਂ ਨੇ ਕੱਟੇ ਸੀ ਇਹਨਾਂ ਦੇ ਸਿਰ ਦੇ ਉੱਤੇ 62 ਟਾਂਕੇ ਲਾਏ ਸੀ ਹਾਂਜੀ 62 ਇਹ ਜਿਹੜੀ ਹੱਡੀ ਹੈ ਜੀ ਇਹ ਸਕਲ ਫ੍ਰੈਕਚਰਡ ਸੀ ਇਹਨਾਂ ਦੀ ਚਲੋ ਹੁਣ ਜਲਸਾਹਬ ਦਾ ਫੈਸਲਾ ਆ ਗਿਆ ਹੁਣ ਤੁਸੀਂ ਸੰਤੁਸ਼ਟ ਹੋ ਦੇਖੋ ਜੀ ਨਾਲ ਦੀ ਗਈ ਹੋਈ ਬਾਹ ਤਾਂ ਮੁੜ ਕੇ ਨਹੀਂ ਆਉਣੀ ਪਰ ਮੈਨੂੰ ਰੱਬ ਤੇ ਤੇ ਆਪਣੀ ਨਿਆਂ ਪ੍ਰਣਾਲੀ ਤੇ ਪੂਰਾ ਭਰੋਸਾ ਸੀ ਕਿ ਸਾਡੇ ਨਾਲ ਇਨਸਾਫ ਹੋਊਗਾ ਸਾਨੂੰ ਇਨਸਾਫ ਮਿਲਿਆ ਪਰ ਸਾਨੂੰ ਇਹਨਾਂ ਲੋਕਾਂ ਦੇ ਦੇ ਵੀ ਤਾਂ ਇਹਨਾਂ ਨੇ ਗਾਹਾਂ ਵੀ ਜਾਣਾ ਪਰ ਅਸੀਂ ਪਰਮਾਤਮਾ ਤੇ ਟੀਕ ਰੱਖੀ ਅਸੀਂ ਹਰ ਜਿੱਥੇ ਵੀ ਇਹ ਜਾਣਗੇ ਉੱਥੇ ਜਾਵਾਂਗੇ ਅਸੀਂ ਇਹਨਾਂ ਨੂੰ ਬਾਹਰ ਨਹੀਂ ਨਿਕਲ ਦੇਣਾ ਕਿਉਂ ਜੋ ਮੈਂ ਚਾਹਣਾ ਸਾਡੇ ਨਾਲ ਹੋ ਗਈ ਕਿਸੇ ਹੋਰ ਦੇ ਪਰਿਵਾਰ ਨਾਲ ਤੁਸੀਂ ਇਹ ਤੁਸੀਂ ਸਾਰੇ ਜਿਹੜੀ ਪਰਿਵਾਰ ਦੀ ਐ ਦੁੱਖ ਭਰੀ ਜਿਹੜੀ ਹੈਗੀ ਕਹਾਣੀ ਤੁਸੀਂ ਸੁਣੀ ਐ ਬੜੀ ਇਮੋਸ਼ਨਲ ਐ ਕਿਉਂਕਿ ਪੁੱਤ ਵਾਪਸ ਨਹੀਂ ਆਉਣਾ ਤੇ ਜੇ ਆਪਾਂ ਗੱਲ ਕਰੀਏ ਤੇ ਇੱਕ ਜਿਹੜੇ ਹੀ ਕਹਿ ਸਕਦੇ ਆ ਅਸੀਂ ਬੜਿਆ ਇਮੋਸ਼ਨਲ ਆ ਸੀ ਵੀ ਖੁਦ ਹੋ ਰਹੇ ਆ ਕਿਉਂਕਿ ਹੁਣੇ ਜਿੰਨਾ ਦਾ ਜਦਾ ਸਿਰ ਦਾ ਸਾਈਂ ਗਿਆ ਆ ਤੇ ਇਹ ਤਾਂ ਉਹ ਜਾਣ ਸਕਦੀ ਤੇ ਜਾਂ ਜਿਹਦੀ ਕੁੱਖੋਂ ਜੰਮਿਆ ਹੋਇਆ ਪੁੱਤ ਜਹਾਨੋਂ ਤੁਰ ਗਿਆ ਤੇ ਉਹ ਜਾਣ ਸਕਦੀ ਆ ਤੇ ਬੜੀ ਇਮੋਸ਼ਨਲ ਇਹ ਸੀਗੀ ਪਰ ਕਿਤੇ ਨਾ ਕਿਤੇ ਅਦਾਲਤ ਦੇ ਉੱਤੇ ਨਿਆਂ ਪ੍ਰਣਾਲੀ ਦੇ ਉੱਤੇ ਜਿਹੜੇ ਲੋਕ ਵਿਸ਼ਵਾਸ ਕਰਦੇ ਆ ਵੀ ਜੇ ਪੁਲਿਸ ਸਾਡੀ ਗੱਲ ਨਹੀਂ ਸੁਣੇਗੀ ਤੇ ਅਸੀਂ कोर्ट ਨੂੰ ਗੱਲ ਸੁਣਾਵਾਂਗੇ کورٹ ਦੇ ਵਿੱਚ ਫਾਈਟ ਕਰਾਂਗੇ ਪਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵੀ ਗੱਲ ਸੁਣੀ ਇਹਨਾਂ ਦੀ ਤੇ ਅਦਾਲਤ ਨੇ ਵੀ ਬੜੀ ਬਾਰੀਕੀ ਦੇ ਨਾਲ ਇਹ ਜੱਜਮੈਂਟ ਆਪਣੀ ਦਿੱਤੀ ਹੈ ਤੇ ਜਿਹੜੇ 15 ਦੇ 15 ਆਰੋਪੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇੱਕ આરોપી ਹਜੇ ਪੀਓ ਹੈ ਤੇ ਇੱਕ ਨੂੰ ਬਾਈਜਤ ਬਰੀ ਕਰ ਦਿੱਤਾ ਕਿਉਂਕਿ ਉਹਦੀ ਇਨਵੋਲਵਮੈਂਟ ਘੱਟ ਸੀਗੀ ਤੋਂ ਸੋ ਹੋਰ ਉਹਨਾਂ ਲੋਕਾਂ ਵਾਸਤੇ ਵੀ ਇਹ ਬੜੀ ਵੱਡੀ ਸਿੱਖ ਹੈ ਵੀ ਜਿਹੜੇ ਕ੍ਰਾਈਮ ਕਰਦੇ ਨੇ ਪਰ ਜਿਹੜੀ ਅਦਾਲਤ ਹੈ ਉਹ ਬੜੇ ਢੰਗ ਦੇ ਨਾਲ ਪਾਣੀ ਦਾ ਪਾਣੀ ਤੇ ਦੁੱਧੋ ਦੁੱਧ ਕਰਕੇ ਤੇ ਜਿਹੜਾ ਹੈਗਾ ਵਾ ਉਹ ਸਲਾਖਾਂ ਦੇ ਪਿੱਛੇ ਪਹੁੰਚਾਉਂਦੀ ਹੈ ਜਿਹੜੇ ਕ੍ਰਿਮੀਨਲ ਹੁੰਦੇ ਨੇ ਤੋਂ ਉਹਨਾਂ ਲੋਗਾਂ ਨੂੰ ਵੀ ਸਿੱਖਣ ਦੀ ਲੋੜ ਹੈ ਵੀ ਜਿਹੜੇ ਬੰਦੇ ਕ੍ਰਾਈਮ ਕਰਦੇ ਨੇ ਲੁਧਿਆਣਾ ਤੋਂ ਕੈਮਰਾਮੈਨ ਤੁਸ਼ਾਰ ਕਬੂਰ ਦੇ ਨਾਲ ਪ੍ਰਦੀਪ ਭੰਡਾਰੀ న్యూਸ 18 ਪੰਜਾਬ